ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਲੁਧਿਆਣੇ ਵਿੱਚ ਇੱਕ ਸਰਦਾਰ ਜੀ ਦਾ ਟ੍ਰਾਂਸਪੋਰਟ ਦਾ ਕੰਮ ਸੀ ਕੰਮ ਇੰਨਾ ਸੋਹਣਾ ਸੀ ਕਿ ਹਰ ਪਾਸੋਂ ਉਹਨਾਂ ਨੂੰ ਆਮਦਨ ਹੀ ਆਮਦਨ ਸੀ ਕਿਸੇ ਪਾਸੋਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਸੀ ਪਰ ਉਹਨਾਂ ਦੇ ਸਾਹਮਣੇ ਇੱਕ ਹੋਰ ਟ੍ਰਾਂਸਪੋਰਟ ਵਾਲੇ ਪਾਈ ਜਾਂਦੇ ਸਨ ਉਹਨਾਂ ਦਾ ਕੰਮ ਥੋੜਾ ਕਾਟੀ ਚੱਲਦਾ ਸੀ ਕਿਉਂਕਿ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਕਰਦੇ ਸਨ ਜਿਸ ਕਾਰਨ ਸਰਦਾਰ ਜੀ ਦਾ ਕੰਮ ਬਹੁਤ ਸੋਹਣਾ ਚੱਲਦਾ ਸੀ ਕਿਹਾ ਜਾਂਦਾ ਹੈ ਜਿੱਥੇ ਦੋ ਕੰਮ ਕਰਨ ਵਾਲੇ ਹੋਣ ਉਹਨਾਂ 'ਚ ਈਰਖਾ ਤੇ ਹੁੰਦੀ ਹੁੰਦੀ ਹੈ ਤੇ ਉਹ ਪਾਈ ਜਾਣ ਨੂੰ ਬੜੀ ਜ਼ਿਆਦਾ ਉਹ ਸਰਦਾਰ ਜੀ ਨਾਲ ਈਰਖਾ ਸੀ ਉਹਨਾਂ ਨੇ ਕੀਤਾ ਕਿ ਕਈ ਲੋਕ ਜਾਦੂ ਟੂਣਿਆਂ ਟੂਨੇ ਟੱਪੇ ਤੇ ਬੜਾ ਜ਼ਿਆਦਾ ਵਿਸ਼ਵਾਸ ਕਰਦੇ ਨੇ ਜੰਤਰਾ ਮੰਤਰਾਂ ਤੇ ਉਹ ਐਵੇਂ ਇੱਕ ਜੰਤਰ ਮੰਤਰ ਕਰਨ ਵਾਲੇ ਦੇ ਕੋਲ ਉੱਥੇ ਜਾ ਕੇ ਉਹਨੂੰ ਕਿਹਾ ਕਿ ਆ ਫਲਾਣਾ ਸਿੰਘ ਉਹਦਾ ਨਾਂ ਨਾਮ ਹੈ ਟਰੱਕਾਂ ਦਾ ਉਹ ਕੰਮ ਕਰਦੇ ਨੇ ਤੇ ਆਰਿਆ ਉਹਨਾਂ ਦਾ ਪੂਰੇ ਪਰਿਵਾਰ ਦਾ ਜੋ ਵੀ ਉਹਨਾਂ ਦਾ ਨਾਮ ਹੈ ਸਭ ਕੁਝ ਤੇ ਐਸੇ ਜੰਤਰਮੰਤਰ ਕਰੋ ਕਿ ਉਹਨਾਂ ਦਾ ਸਾਰਾ ਟਰਾਂਸਪੋਰਟ ਜਿਹੜਾ ਉਹ ਠਾਪ ਹੋ ਜੇ ਤੇ ਸਾਰਾ ਕੰਮ ਮੇਰੇ ਕੋਲ ਆ ਜਾਵੇ ਉਹ ਕਹਿੰਦੇ ਠੀਕ ਹੈ ਕਿਹੜਾ ਵੱਡਾ ਕੰਮ ਹੈ ਇਹ ਦੋ ਦਿਨਾਂ ਦਾ ਕੰਮ ਹੈ ਤੇ ਇਹ ਹੋ ਜਾਏਗਾ ਉਹ ਕਹਿ ਕੇ ਚਲੇ ਗਏ ਹੁਣ ਦੋ ਦਿਨ ਬਾਅਦ ਜਦੋਂ ਦੁਬਾਰਾ ਉਹ ਸਾਰਾ ਕੰਮ ਹੋ ਗਿਆ ਉਹਨੂੰ ਪੈਸੇ ਦੇਣ ਗਏ ਤੇ ਉਹ ਕਹਿੰਦੇ ਅੱਜ ਜਾਂਦਿਆਂ ਜਾਂਦਿਆਂ ਪੁੱਛ ਜਾ ਜੇ ਉਹਨਾਂ ਦੇ ਘਰ ਜੋ ਘਰ ਹੈ ਉਹਨਾਂ ਦੇ ਘਰ ਵੀ ਐਸਾ ਕੁਝ ਹੋਏਗਾ ਕਿ ਸਾਰਾ ਪਰਿਵਾਰ ਘਰੋਂ ਡਰ-ਡਰ ਭਾਜੇਗਾ ਉਹਨਾਂ ਦੇ ਜਿੰਨੇ ਟਰੱਕ ਨੇ ਉਹ ਵੀ ਮੁੱਦੇ ਹੋ ਜਾਣਗੇ ਜੋ ਵਿੱਚ ਮਾਲ ਹੈ ਉਹ ਵੀ ਨੁਕਸਾਨ ਹੋਏਗਾ ਜਾਨ ਮਾਲ ਦੋਨਾਂ ਦਾ ਨੁਕਸਾਨ ਹੋਏਗਾ ਹੁਣ ਕੀ ਕਰਦੇ ਨੇ ਪਾਈ ਜਾਂਦੇ ਉਥੋਂ ਲੰਘਦੇ ਲੰਘਦੇ ਉਹਨਾਂ ਦੇ ਕੋਲ ਚਲੇ ਜਾਂਦੇ ਨੇ ਕਹਿੰਦੇ ਇੱਥੋਂ ਲੰਘ ਰਿਆ ਸੀ ਸੋਚਿਆ ਤੁਹਾਡੀ ਖੈਰੋ ਖਬਰ ਲੈਂਦਾ ਜਾਵਾਂ ਜਾ ਕੇ ਪੁੱਛਦੇ ਨੇ ਉਹ ਕਹਿੰਦੇ ਹੋਰ ਘਰ ਪਰਿਵਾਰ ਕਿਵੇਂ ਕਿੰਦੇ ਬਿਲਕੁਲ ਤੰਦਰੁਸਤ ਨੇ ਵਾਹਿਗੁਰੂ ਦੀ ਮਿਹਰ ਹੈ ਤੇ ਤੁਹਾਡਾ ਕਾਰੋਬਾਰ ਕਿਵੇਂ ਚੱਲਦਾ ਕਹਿੰਦੇ ਦਿਨ ਦੁਗੜੀ ਰਾਤ ਚੌਗਣਿਤ ਰੱਖੀ ਕਰਦਾ ਕਿਸੇ ਦੇ ਪੈਰਾਂ ਦੇ ਪਿੱਛੇ ਉਹ ਪਾਤਸ਼ਾਹ ਨੇ ਸਾਨੂੰ ਬਹੁਤ ਮਿਹਰ ਕੀਤੀ ਕਹਿੰਦੇ ਠੀਕ ਹੈ ਜਦੋਂ ਇਹ ਖਬਰ ਸੁਣਦਾ ਤੇ ਉਹ ਬੜਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਫਿਰ ਛੇਤੀ ਛੇਤੀ ਉਹ ਜੰਤਰਾ ਮੰਤਰਾਂ ਦੇ ਵਾਲੇ ਕੋਲ ਦੁਬਾਰਾ ਚਲਾ ਜਾਂਦੇ ਉੱਥੇ ਜਾ ਕੇ ਉਹਨੂੰ ਕਹਿੰਦਾ ਉਹ ਕਹਿੰਦਾ ਵੀ ਐਵੇਂ ਤਾਂ ਹੋ ਹੀ ਨਹੀਂ ਸਕਦਾ ਕਹਿੰਦਾ ਫਿਰ ਮੇਰੇ ਕੋਲ ਐਸਾ ਇਲਮ ਹੈ ਜਿਸ ਦੇ ਨਾਲ ਇਹਨਾਂ ਦੇ ਪਰਿਵਾਰ ਦੀ ਜਾਨ ਵੀ ਜਾ ਸਕਦੀ ਏ ਉਹ ਦੂਸਰਾ ਪਾਈਜਾਨ ਕਹਿੰਦਾ ਵੀ ਚਲੀ ਜਾਵੇਂ ਮੈਨੂੰ ਇਹਦੇ ਨਾਲ ਕੀ ਫਰਕ ਪੈਂਦਾ ਮੈਂ ਤੇਨੂੰ ਪੈਸੇ ਦੇਣੇ ਆ ਤੂੰ ਮੇਰਾ ਕੰਮ ਕਰਨਾ ਕਹਿੰਦੇ ਠੀਕ ਹੈ ਹੋਂਜੋਦੋ ਕਰਦੇ ਨੇ ਉਸ ਤੋਂ 2 ਦਿਨ ਬਾਅਦ ਉਹ ਫਿਰ ਉਥੋਂ ਲੰਘਦੇ ਟੱਪਦੇ ਉਹਦੇ ਕੋਲ ਫੇਰ ਚਲੇ ਜਾਂਦੇ ਨੇ ਕਹਿੰਦੇ ਸਰਦਾਰ ਜੀ ਹੋਰ ਸੁਣਾਓ ਘਰ-ਬਾਰ ਕਿਵੇਂ ਚੱਲਦਾ ਇਹਦੇ ਫਿਰ ਵਾਇਗਰੂ ਦੀ ਮਿਹਰ ਹੈ ਹੋਰ ਕੰਮ-ਕਾਰ ਕਿਵੇਂ ਚੱਲਦਾ ਕਹਿੰਦੇ ਉਹ ਵੀ ਵਧੀਆ ਇੰਨੇ ਨੂੰ ਕਿਉਂਦਾ ਇੱਕ ਵਾਰ ਉਹ ਲੜਕਾ ਆਉਂਦਾ ਤੇ ਉਹ ਕੋਈ ਸਮਾਨ ਲੈ ਕੇ ਆਉਂਦਾ ਤੇ ਇੰਨੇ ਨੂੰ ਉਹ ਜਦੋਂ ਕਾਗਜ਼ ਪੱਤਰ ਪੜ੍ਹਦਾ ਸਰਦਾਰ ਜੀ ਤੇ ਕਹਿੰਦੇ ਵੀ ਵਾ ਵਾ ਸਾਰਿਆਂ ਲਈ ਕਹਿੰਦੇ ਅੱਜ ਕੋਈ ਮਿੱਠਾ ਲੈ ਕੇ ਉਹ ਫਿਰ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਕਹਿੰਦਾ ਮੈਂ ਤੇ ਇਨਾਂ ਤੇ ਇਲਮ ਕਰਵਾਇਆ ਸੀ ਤੇ ਮਠਿਆਈਆਂ ਵੰਡਦੇ ਫਿਰਦੇ ਨੇ ਉਹ ਕਹਿੰਦੇ ਕਿ ਸਾਡਾ ਜੋ ਕੰਮ ਸੀ ਨਾ ਸਾਡਾ ਪੜੇ ਲੰਮੇ ਸਮੇਂ ਤੋਂ ਰੁਕਿਆ ਪਿਆ ਸੀ ਤੇ ਉਹ ਨਿਪਰੇ ਚੜ ਗਿਆ ਇਸ ਕਰਕੇ ਮਠਿਆਈਆਂ ਲੈ ਕੇ ਆਏ। ਹੁਣ ਇਹਨਾਂ ਮਠਿਆਈ ਫੜ ਲਈ ਪਰ ਸੰਗ ਤੋਂ ਲੱਥ ਨਹੀਂ ਕੀਤੀ ਸੀ। ਉਹ ਛੇਤੀ ਛੇਤੀ ਫਿਰ ਉਹ ਜੰਤਰ ਮੰਤਰ ਵਾਲੇ ਕੋਲ ਚਲੇ ਗਏ। ਜਦੋਂ ਉੱਥੇ ਜਾਂਦੇ ਨੇ ਉਹ ਕਹਿੰਦੇ ਵੀ ਐਵੇਂ ਤੇ ਹੋ ਹੀ ਨਹੀਂ ਸਕਦਾ। ਮੇਰੀ ਸਾਰੀ ਉਮਰ ਦਾ ਤੇ ਜ਼ਰਬਾਏ ਕਿ ਮੇਰਾ ਇਲਮ ਕਦੀ ਖਾਲੀ ਨਹੀਂ ਜਾਂਦਾ। ਉਹ ਕਹਿੰਦਾ ਤੁਸੀਂ ਮੈਨੂੰ ਉਸ ਥਾਂ ਤੇ ਨਾਲ ਲੈ ਕੇ ਚੱਲੋ। ਜਦੋਂ ਜਾਂਦੇ ਨੇ ਜਾਂ ਲੱਗਦੇ ਨੇ ਤੇ ਉੱਥੋਂ ਲੰਘਦੇ ਨੇ ਤਿੰਨੇ ਨੂੰ ਸਰਦਾਰ ਜੀ ਦੋਵਾਂ ਨੂੰ ਆਵਾਜ਼ ਮਾਰ ਲੈਂਦੇ ਨੇ ਕਹਿੰਦੇ ਆਓ ਜੀ ਆਓ ਉਹ ਜੋ ਸੀ ਭਾਈ ਜਨ ਉਹ ਤਾਂ ਅੰਦਰ ਲੱਗ ਜਾਂਦੇ ਨੇ ਪਰ ਜਿਹੜਾ ਉਹ ਤੇ ਜੰਤਰ ਮੰਤਰ ਵਾਲਾ ਸੀ ਉਹ ਅੰਦਰ ਨਹੀਂ ਆ ਸਕਦਾ ਸੀ ਉਹ ਉੱਥੇ ਇੱਕੋ ਦਮ ਥੱਲੇ ਲੰਮੇ ਪੈ ਗਿਆ ਤੇ ਉੱਥੇ ਲੇਟਣੀਆਂ ਲੈਣ ਲੱਗ ਗਿਆ ਇਹਨੇ ਚਲ ਚਰਚ ਰੋਲਾ ਪੈ ਗਿਆ ਉਹ ਸਰਦਾਰ ਜੀ ਅੰਦਰੋਂ ਉੱਠ ਕੇ ਆ ਗਏ ਉਹ ਸਰਦਾਰ ਜੀ ਕਹਿੰਦੇ ਵੀ ਅੰਦਰ ਆਜੋ ਉਹ ਕਹਿੰਦੇ ਸਰਦਾਰ ਜੀ ਤੁਹਾਡੇ ਇੱਥੇ ਕੋਈ ਐਸਾ ਪਾਕ ਇਲਮ ਕਿਸੇ ਕੀਤਾ ਹੋਇਆ ਹੈ ਜਿਸ ਕਰਕੇ ਮੇਰੇ ਵਰਗੀ ਨਾਪਾਕ ਰੂਹ ਅੰਦਰ ਨਹੀਂ ਆ ਸਕਦੀ ਉਹ ਕਹਿੰਦੀ ਹਾਂਜੀ ਤੁਸੀਂ ਇਹ ਤਾਂ ਸੱਚ ਬੋਲਿਆ ਵੀ ਸਾਡੇ ਇੱਥੇ ਹਾਂ ਅਸੀਂ ਮੰਤਰ ਕਰਵਾਇਆ ਹੋਇਆ ਉਹ ਕਹਿੰਦੀ ਅੱਛਾ ਕਿ ਤੁਸੀਂ ਸਾਨੂੰ ਵੀ ਉਸ ਮੰਤਰ ਬਾਰੇ ਦੱਸ ਸਕਦੇ ਹੋ ਕਿਹੜਾ ਕਹਿੰਦੇ ਹਾਂ ਉਹ ਮੰਤਰ ਕੀ ਹੈ ਉਹ ਤੇ ਸਾਡੇ ਸਾਰੇ ਪਰਿਵਾਰ ਦਾ ਬੱਚਾ-ਬੱਚਾ ਉਸ ਨੂੰ ਜਦੋਂ ਸਵੇਰ ਹੁੰਦੀ ਹੈ ਉਦੋਂ ਬੋਲਦਾ ਹੈ ਜਦੋਂ ਕੋਈ ਸਾਡਾ ਟਰੱਕ ਨੂੰ ਸ਼ੁਰੂਆਤ ਸ਼ੁਰੂ ਕਰਨ ਲੱਗਦਾ ਹੈ ਪਾਵ ਚਲਾਉਣ ਲੱਗਦਾ ਹੈ ਉਹ ਵੀ ਉਹਦੇ ਤੇ ਇਹ ਮੰਤਰ ਦਾ ਜਾਪ ਕਰਕੇ ਬੈਠਦਾ ਅਸੀਂ ਸਵੇਰੇ ਆਪਣੀ ਦੁਕਾਨ ਦਾ ਆ ਕੇ ਬੁਹਾ ਖੋਲਦੇ ਹਾਂ ਤਾਂ ਵੀ ਅਸੀਂ ਉਹ ਜਾਪ ਕਰਦੀਆਂ ਅਸੀਂ ਬੈਠਨੇ ਆ ਤਾਂ ਵੀ ਜਾਪ ਦਿਨ ਦੀ ਸ਼ੁਰੂਆਤ ਹੀ ਉਹਦੇ ਨਾਲ ਹੁੰਦੀ ਸਾਡੇ ਘਰ ਦਾ ਜੀ ਜੀ ਉਹ ਮੰਤਰ ਬੋਲਦੇ ਕਹਿੰਦੇ ਸਾਨੂੰ ਵੀ ਦੱਸੋ ਕਿਹੜਾ ਮੰਤਰ ਹੈ ਤਾਂ ਉਸ ਸਮੇ ਉਹ ਦੱਸਦੇ ਇੱਕੰਕਾਲ ਸਤਿਨਾਮ ਕਰਤਾ ਪੁਰਖੇ ਨਿਰਪੋ ਨਿਰਵੈ ਅਕਾਲ ਮੂਰਤ ਅਜੁਨੀ ਸੇ ਭੰ ਗੁਰ ਪਰਸਾਦ ਜਪ ਆਜ ਸਚ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਤਾਂ ਉਸ ਸਮੇਂ ਉਹ ਜੰਤਰ ਮੰਤਰ ਕਰਨ ਵਾਲਾ ਕਹਿੰਦਾ ਕਿ ਇਹ ਮੰਤਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੰਤਰ ਹੈ ਜੋ ਇਹ ਮੰਤਰ ਦਾ ਜਾਪ ਕਰਦਾ ਹੈ ਉਸ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਤੇ ਇਹੀ ਆਪਾਂ ਸਭ ਜਾਣਦੇ ਹਾਂ ਮੂਲ ਮੰਤਰ ਜੋ ਜਾਪ ਕਰਦਾ ਹੈ ਉਹ ਕਦੇ ਵੀ ਕਿਸੇ ਤਰ੍ਹਾਂ ਦਾ ਉੱਤੇ ਦੁੱਖ ਤਕਲੀਫ ਨਹੀਂ ਆ ਸਕਤੇ ਕਿਉਂਕਿ ਮੂਲ ਮੰਤਰ ਵਿੱਚ ਇੰਨੀ ਤਾਕਤ ਹੈ ਮੂਲ ਮੰਤਰ ਹਰੇਕ ਚੀਜ਼ ਦਾ ਮੋਢ ਹੈ ਤੇ ਜਿਸ ਨੇ ਆਪਣੇ ਮੋਢ ਨੂੰ ਫੜ ਲਿਆ ਉਹ ਕਦੇ ਵੀ ਕਿਸੇ ਚੀਜ਼ ਤੋਂ ਦੁਖੀ ਨਹੀਂ ਹੋ ਸਕਦਾ ਐਵੇਂ ਹੀ ਮਹਾਰਾਸ਼ਟਰ ਦਾ ਇੱਕ ਪਿੰਡ ਹੈ ਮਹਾਰਾਸ਼ਟਰ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਕਹੋ ਜ਼ਿਲ੍ਹਾ ਤੇ ਉਹਦੇ ਵਿੱਚ ਛੋਟਾ ਜਿਹਾ ਪਿੰਡ ਹੈ ਅਹਿਮਦਨਗਰ ਨਾਮ ਦਾ ਤੇ ਉੱਥੇ ਕੀ ਹੈ ਵੀ ਇੱਕ ਨਾ ਆਰਮੀ ਆਫੀਸਰ ਦੀ ਡਿਊਟੀ ਲੱਗਦੀ ਉਹ ਜਦੋਂ ਉੱਥੇ ਜਾਂਦਾ ਤੇ ਉਹ ਦੇਖਦਾ ਵੀ ਇਹ ਨਾ ਕੋਈ ਵੀ ਸਿੱਖਾਂ ਦਾ ਪਿੰਡ ਨਹੀਂ ਹੈਗਾ ਪਰ ਉੱਥੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਉਹ ਗੁਰਦੁਆਰਾ ਸਾਹਿਬ ਨੂੰ ਵੇਖ ਕੇ ਉਹਦੇ ਮਨ 'ਚ ਹੁੰਦਾ ਵੀ ਹਾਂ ਮੈਂ ਇੱਥੇ ਆਇਆ ਤਾਂ ਮੱਥਾ ਤਾਂ ਟੇਕਣਾ ਹੀ ਹੈ ਅੰਦਰ ਜਾ ਕੇ ਨਾ ਮੱਥਾ ਟੇਕਦਾ ਮੱਥਾ ਟੇਕ ਕੇ ਤੇ ਗ੍ਰੰਥੀ ਸਿੰਘ ਜੀ ਨਾਲ ਵਾਰਤਾਲਾਪ ਕਰਨ ਲੱਗਦਾ ਜਦੋਂ ਗ੍ਰੰਥੀ ਸਿੰਘ ਜੀ ਨਾਲ ਵਾਰਤਾਲਾਪ ਕਰਦਾ ਤਾਂ ਗ੍ਰੰਥੀ ਸਿੰਘ ਜੀ ਨਾ ਉਹਨੂੰ ਇੱਕ ਗੱਲ ਦੱਸਦੇ ਨੇ ਜੋ ਸੁਣ ਕੇ ਉਹ ਆਰਮੀ ਅਫਸਰ ਜਿਹੜਾ ਸੀ ਉਹ ਬੜਾ ਜ਼ਿਆਦਾ ਹੈਰਾਨ ਹੋ ਜਾਂਦਾ ਉਹ ਅਫੀਸਰ ਨੂੰ ਇਹ ਜਦੋਂ ਗਲ ਪਤਾ ਲੱਗਦੀ ਹੈ ਨਾ ਤਾਂ ਪਿੰਡ ਦੀ ਪੰਚਾਇਤ ਨਾਲ ਜਾ ਕੇ ਤੇ ਸਰਪੰਚ ਨਾਲ ਵਾਰਤਾਲਾਪ ਕਰਦੇ ਤੇ ਉੱਥੋਂ ਵੀ ਉਹਨਾਂ ਨੂੰ ਇਹ ਜੋ ਹੈ ਜਾਣਕਾਰੀ ਮਿਲਦੀ ਕਿ ਹੁੰਦੀ ਹੈ ਵੀ ਇਸ ਪਿੰਡ ਦੇ ਵਿੱਚ ਨਾ ਇੱਕ ਵੀ ਸਿੱਖ ਨਹੀਂ ਹੈਗਾ ਪਰ ਫਿਰ ਵੀ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰੀ ਜੋ ਅਦਭਨਾਰ ਇੱਥੇ ਰੱਖੇ ਹੋਏ ਨੇ ਤੇ ਪਾਠੀ ਸਿੰਘ ਵੀ ਰੱਖੇ ਹੋਏ ਨੇ ਤੇ ਗੁਰਦੁਆਰਾ ਸਾਹਿਬ ਵੀ ਬਣਾਇਆ ਉਹ ਪਿੰਡ ਵਾਲੇ ਕਹਿੰਦੇ ਕਿ ਅਸੀਂ ਨਾ ਸਾਨੂੰ ਕਦੀ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਦਿੱਕਤ ਹੁੰਦੀ ਤੇ ਅਸੀਂ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਲੈ ਕੇ ਆਉਣੇ ਪਾਠੀ ਸਿੰਘ ਨੂੰ ਭੋਗ ਲਾ ਕੇ ਤੇ ਸਾਡੇ ਲਈ ਅਰਦਾਸ ਕਰਦੇ ਨੇ ਤੇ ਮੂਲ ਮੰਤਰ ਦਾ ਜਾਪ ਪੜ੍ਹਦੇ ਨੇ ਜਿਸ ਦੇ ਨਾਲ ਸਾਡਾ ਜੋ ਵੀ ਕੰਮ ਅੜਿਆ ਹੁੰਦਾ ਨਾ ਉਹ ਸਾਡਾ ਕੰਮ ਬਣ ਜਾਂਦਾ ਹੈ ਸਾਨੂੰ ਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮੂਲ ਮੰਤਰ ਤੇ ਤੇ ਅਰਦਾਸ ਤੇ ਇੰਨਾ ਵਿਸ਼ਵਾਸ ਹੈ ਕਿ ਸਾਡਾ ਜੋ ਕੰਮ ਨੇਪਰੇ ਨਹੀਂ ਚੜਦਾ ਨਾ ਉਹ ਵੀ ਨੇਪਰੇ ਚੜ ਜਾਵੇ। ਐਵੇਂ ਇੱਕ ਫੌਜੀ ਦੀ ਕਿਸੇ ਨਾ ਡਿਊਟੀ ਲੱਗੀ ਹੁੰਦੀ ਤੇ ਉਹਦੇ ਨਾਲ ਦਾ ਸਾਰਾ ਪਰਿਵਾਰ ਵੀ ਜਾਂਦਾ। ਉਹਦਾ ਜਿੱਥੇ ਪਰਿਵਾਰ ਜਾਂਦਾ ਹੈ ਨਾ ਜਿੱਥੇ ਰਹਿੰਦੇ ਨੇ ਤੇ ਨਾਲ ਇੱਕ ਬੀਬੀ ਦਾ ਘਰ ਹੁੰਦਾ। ਉਹ ਬੀਬੀ ਨਾ ਹਰ ਸਮੇਂ ਬੜੀ ਜਿਆਦਾ ਦੁਖੀ ਰਹਿੰਦੀ। ਹਰ ਸਮੇਂ ਚੋਪਰੇਣਾ ਇਹ ਦੇਖ ਕੇ ਨਾ ਫੌਜੀ ਦੀ ਜੋ ਸਿੱਖ ਫੌਜੀ ਦੀ ਘਰ ਵਾਲੀ ਹੁੰਦੀ ਹੈ ਬੜੀ ਨਾ ਪਰੇਸ਼ਾਨ ਜੀ ਰਹਿੰਦੀ ਏ ਵੀ ਇਹਨੂੰ ਕੀ ਹੈ ਵੀ ਸਾਰਾ ਦਿਨ ਹੀ ਪਰੇਸ਼ਾਨ ਰਹਿੰਦੀ ਏ ਕਦੇ ਰੋਣ ਲੱਗ ਜਾਂਦੀ ਏ ਵੀਨੂੰ ਕੋਈ ਨਾ ਕੋਈ ਦੁੱਖ ਤੇ ਹੈ ਹੀ ਤਾਂ ਹੀ ਸਾਰੇ ਸਮੇਂ ਉਦਾਸ ਰਹਿੰਦੀ ਹੌਲੇ ਹੌਲੇ ਕੀ ਹੋਇਆ ਕਿ ਉਹ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ ਜਿਸ ਤੋਂ ਉਹਨੂੰ ਪਤਾ ਲੱਗਾ ਵੀ ਹਾਂ ਵੀ ਇਹਨੂੰ ਕੋਈ ਦੁੱਖ ਹੈ ਉਹਨੂੰ ਦੁੱਖ ਕਿ ਹੈ ਕਿ ਉਹਦੇ ਕੋਲ ਔਲਾਦ ਨਹੀਂ ਸੀ ਉਹ ਜਦੋਂ ਸਿੱਖ ਬੀਬੀ ਨੂੰ ਪਤਾ ਲੱਗਦਾ ਵੀ ਇਹਦੇ ਕੋਲ ਔਲਾਦ ਨਹੀਂ ਹੈਗਾ ਤੇ ਸਿੱਖ ਬੀਬੀ ਰੋਜ਼ ਸਵੇਰੇ ਤੇ ਸ਼ਾਮ ਆਪਣੇ ਵੇੜੇ ਵਿੱਚ ਬੈਠ ਕੇ ਮੂਲ ਮੰਤਰ ਦਾ ਜਾਪ ਕਰਿਆ ਕਰਦੀ ਸੀ ਉਹ ਬੀਬੀ ਨੇ ਰੋਜ਼ ਆਪਣਾ ਦੁੱਖ ਉਹਨੂੰ ਦੱਸਿਆ ਕਰਨਾ ਕਿ ਮੇਰੇ ਕੋਲ ਔਲਾਦ ਨਹੀਂ ਤੇ ਇਹ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਉਹ ਸਿੱਖ ਬੀਬੀਆਂ ਨੂੰ ਕਹਿੰਦੀ ਵੀ ਤੇਰੇ ਕੋਲ ਔਲਾਦ ਤਾਂ ਹੋ ਸਕਦੀ ਏ ਜੇ ਤੂੰ ਪੂਰੀ ਸ਼ਰਧਾ ਭਾਵਨਾ ਨਾਲ ਕਿਸੇ ਚੀਜ਼ ਤੇ ਵਿਸ਼ਵਾਸ ਕਰੇ ਤਾਂ ਉਹ ਕਹਿੰਦੀ ਮੈਨੂੰ ਹਰ ਇੱਕ ਚੀਜ਼ ਤੋਂ ਜੋ ਕਹੇਂਗੀ ਮੈਂ ਕਰਨ ਲਈ ਤਿਆਰ ਆ ਉਹ ਕਹਿੰਦੀ ਵੀ ਇੱਕ ਮੰਤਰ ਹੈ ਜੇ ਤੂੰ ਉਹਨੂੰ ਪੜ੍ਹੇਂਗੀ ਤੇ ਤੇਰੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਉਹਨੂੰ ਕਹਿੰਦੀ ਵੀ ਤੂੰ ਉਹ ਮੰਤਰ ਜੋ ਹੈ ਨਾ ਤੂੰ ਮੈਨੂੰ ਇੱਕ ਕਾਗਜ਼ ਤੇ ਲਿਖ ਕੇ ਦੇ ਦੇ ਤਾਂ ਉਹ ਸਿੱਖ ਬੀਬੀਆਂ ਨੂੰ ਮੂਲ ਮੰਤਰ ਇੱਕ ਕਾਗਜ਼ ਤੇ ਲਿਖ ਕੇ ਦੇ ਦਿੰਦੀ ਉਹ ਬੀਬੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਉਸ ਮੂਲ ਮੰਤਰ ਦਾ ਜਾਪ ਕਰਦੀ ਤੇ ਕੋਈ ਜੀ ਸਮੇਂ ਵਿੱਚ ਕਹਿੰਦੇ ਵੀ ਉਹਦੀ ਨਾ ਕੋਖ ਹਰੀ ਹੋ ਜਾਂਦੀ ਤੇ ਉਹਨੂੰ ਔਲਾਦ ਦੀ ਪ੍ਰਾਪਤੀ ਹੋ ਜਾਂਦੀ ਕਹਿੰਦੇ ਵੀ ਉਹ ਬੀਬੀ ਦਾ ਇੰਨਾ ਵਿਸ਼ਵਾਸ ਬਣ ਗਿਆ ਨਾ ਕਿ ਜਦੋਂ ਵੀ ਉਹਨੂੰ ਕੋਈ ਐਸਾ ਦਿਖਦਾ ਜੋ ਉਦਾਸ ਨਿਰਾਸ਼ਾ ਨਾਲ ਭਰਿਆ ਹੋਇਆ ਹੈ ਜ਼ਿੰਦਗੀ ਵਿੱਚ ਕੋਈ ਰਾਹ ਨਹੀਂ ਦਿਖਦਾ ਤੇ ਉਹਨੂੰ ਹਮੇਸ਼ਾ ਮੂਲ ਮੰਤਰ ਦਾ ਪੱਲਾ ਫੜਾਉਂਦੀ ਕਿ ਤੁਸੀਂ ਮੂਲ ਮੰਤਰ ਜਪੋ ਤੇ ਮੂਲ ਮੰਤਰ ਸਾਰੇ ਤੁਹਾਡੇ ਦੁੱਖ ਹਰ ਲੇਗਾ ਮੂਲ ਮੰਤਰ ਵਿੱਚ ਇੰਨੀ ਤਾਕਤ ਹੈ ਜੋ ਸੱਚੀ ਸ਼ਰਧਾ ਭਾਵਨਾ ਨਾਲ ਮੂਲ ਮੰਤਰ ਨੂੰ ਆਪਣੇ ਜੀਵਨ ਵਿੱਚ ਲੈ ਆਉਂਦਾ